ਵਰਤੀਆਂ ਹੈ। ਸਾਨੂੰ ਪਾਕ ਪੰਡਿਆਂ ਦੀ ਅੱਟੀ ਦੇ ਨਾਮ ਤੋਂ ਜਾਣਿਆ ਜਾਂਦਾ ਹੈ। 1949 ਵਿੱਚ ਫਾਦਰ ਸਾਹਿਬ ਦੇ ਵਿੱਚ ਚਾਚਾ ਜੀ ਸਾਰਿਆਂ ਨੇ ਮਿਲ ਕੇ ਇਹ ਕੰਮ ਸਟਾਰਟ ਕੀਤਾ ਅਤੇ ਆਪ ਲੋਕਾਂ ਦਾ ਪਿਆਰ ਅਤੇ ਸਾਡੀ ਕੁਆਲਿਟੀ ਜਿਹੜੀ ਅਸੀਂ ਮੇਨਟੇਨ ਕੀਤੀ ਹੋਈ ਹੈ, ਸਾਡੇ ਤੋਸ਼ੇ ਦੀ ਜਿਹੜਾ ਰਾ ਮਟੀਰੀਅਲ ਹੈ ਇਹ ਸਾਰਾ ਖੁਦ ਅਸੀਂ ਤਿਆਰ ਕਰਦੇ ਹਾਂ। ਕੋਈ ਚੀਜ਼ ਬਾਹਰੋਂ ਨਹੀਂ ਮੰਗਾਉਂਦੇ ਤਾਂ ਕਿ ਚੀਜ਼ ਕੁਆਲਿਟੀ ਸਾਡੀ ਮੇਨਟੇਨ ਰਹੇ। ਹਾਂ ਮੈਂ ਪਿੰਕ, ਆਪਣੇ ਬਜ਼ੁਰਗਾਂ ਨੇ 3 ਦੁਕਾਨਾਂ ਤਾਂ ਬਣਾ ਦਿੱਤੀਆਂ ਆਪਾਂ, ਹੁਣ ਆਪਾਂ ਅੱਗੇ ਕੀ ਫਿਊਚਰ ਇਸ ਪਲਾਨ ਹੈਗਾ ਪੰਜਾਬ ਨੂੰ ਕਵਰ ਕਰਨ ਦਾ ਜਾਂ ਇੰਡੀਆ 'ਚ ਕਿੱਥੇ ਕਿੱਥੇ ਬ੍ਰਾਂਚਿਸ ਖੋਲ੍ਹਣ ਦਾ? ਆਪਣੇ ਬਜ਼ੁਰਗਾਂ ਨੇ ਜਿਹੜੇ 73 ਸਾਲ ਦਿੱਤੇ ਨੇ ਇਹ ਬ੍ਰਾਂਡ ਖੜ੍ਹਾ ਕਰਨ ਲਈ, 3 ਆਊਟਲੈਟ ਦਿੱਤੇ ਨੇ, ਇਹਨੂੰ ਅੱਗੇ ਚੱਲਦੇ ਹੋਏ ਆਪਾਂ ਆਟੋਮੇਸ਼ਨ ਪਲਾਂਟਸ ਲਗਾਏ, ਮਸ਼ੀਨਾਂ ਲਗਾਈਆਂ, ਹਾਈਜੀਨ ਲੈਵਲ ਨੂੰ ਮੇਨਟੇਨ ਕੀਤਾ, ਇਹਨੂੰ ਟ੍ਰੇਡਮਾਰਕ ਰਜਿਸਟਰਡ ਕਰਾਏ ਅਤੇ ਹੁਣ ਅਸੀਂ ਮਾਰਕੀਟਿੰਗ ਦੇ ਵਿੱਚ ਇਸ ਟਾਈਮ 23 ਸਿਟੀਜ਼ ਦੇ ਵਿੱਚ ਇੰਡੀਆ ਵਿੱਚ ਪਹੁੰਚ ਚੁੱਕੇ ਹਾਂ। ਦਿੱਲੀ ਆਹਾਰ 2022 ਦੇ ਵਿੱਚ ਅਸੀਂ ਪਰਚਮ ਲਗਾ ਚੁੱਕੇ ਹਾਂ ਅਤੇ ਇਹਨੂੰ ਵਰਲਡ ਮਿਠਾਈ ਐਂਡ ਸਵੀਟਸ ਔਰਗਨਾਈਜੇਸ਼ਨ ਨੇ ਪ੍ਰੋਡਕਟ ਆਫ ਦਾ ਮੰਥ ਦਿੱਤਾ ਹੈ ਅਤੇ ਇਹ ਸਾਡੇ ਵਾਸਤੇ ਬਹੁਤ ਵੱਡੀ ਉਪਲਬਧੀ ਹੈ, ਤਾਂ ਕਿ ਅਸੀਂ ਇਸ ਸ਼ਹਿਰ ਵਾਸੀਆਂ ਦਾ ਪਿਆਰ ਹੈ ਅਤੇ ਆਪਣੇ ਬਜ਼ੁਰਗਾਂ ਦੀ ਤਪੱਸਿਆ ਤਾਂ 4th ਪੀੜ੍ਹੀ ਇਹਨੂੰ ਲੈ ਕੇ ਅੱਗੇ ਅਗ੍ਰਸਰ ਹੋ ਰਹੀ ਹੈ ਅਤੇ ਅਸੀਂ ਇਹਨੂੰ ਐਮਾਜ਼ੋਨ 'ਤੇ ਪੂਰੀ ਡਿਜੀਟਲਾਈਜੇਸ਼ਨ ਆਪਦੀ ਵੈਬਸਾਈਟ ਵੀ ਲਾਂਚ ਕਰ ਰਹੇ ਹਾਂ ਜਲਦੀ। ਚਾਚਾ ਜੀ ਤੋਸ਼ੇ ਵਿੱਚੋਂ ਅਸੀਂ 25 ਫਲੇਵਰ ਕੱਢ ਚੁੱਕੇ ਹਾਂ ਜਿਹੜਾ ਕਿ ਜਨਤਾ ਨੂੰ ਬਹੁਤ ਪਸੰਦ ਆ ਰਹੇ ਨੇ। ਤੋਸ਼ਾ ਹੁਣ ਇੱਕ ਮਿਠਾਈ ਨਹੀਂ ਰਹਿ ਗਈ, ਤੋਸ਼ਾ ਇੱਕ ਸਾਡਾ ਬ੍ਰਾਂਡ ਬਣ ਚੁੱਕਿਆ ਹੈ। ਤੋਸ਼ਾ ਮਤਲਬ ਤੋਸ਼ੇ ਵਾਲਾ, ਤੋਸ਼ਾ ਮਤਲਬ ਫਾਜ਼ਿਲਕਾ।